ਅੱਜ ਸਾਡੇ ਪੰਜਾਬ ਦੇ ਵਿੱਚ ਬਿਹਾਰ ਦੇ ਬੱਚੇ ਡੀਸੀ ਨੇ, ਬਿਹਾਰ ਦੇ ਬੱਚੇ ਐਸਐਸਪੀ ਨੇ, ਸਾਡੇ ਬੱਚੇ ਰੁਲਦੇ ਪਏ ਨੇ, ਕੋਈ ਕਾਰਾਂ ਖੜੀਆਂ ਕਰਾਉਂਦਾ ਮੈਰਿਜ ਪੈਸ ਦੇ ਅੱਗੇ, ਕੋਈ ਹੋਟਲਾਂ 'ਚ ਕੰਮ ਸਿੱਖਦਾ, ਕੋਈ ਡਰਾਈਵਰੀ ਨੂੰ ਤਰਸਦਾ, ਪਰ ਡਰਾਈਵਰ ਦੀ ਕਨੈਕਟਰ ਦੀ ਇੱਕ ਘੱਟ ਜਿਹੜਾ ਪੜ੍ਹਿਆ ਲਿਖਿਆ ਬੜੀ ਸੋਹਣੀ ਨੌਕਰੀ ਸੀ ਰੋਡਵੇਜ਼, ਉਹ ਰੋਡਵੇਜ਼ ਖਤਮ ਹੋਈ ਪਈ। ਬਿਜਲੀ ਬੋਰਡ ਸੀ, ਉਹ ਬਿਜਲੀ ਬੋਰਡ ਖਤਮ ਹੋਇਆ ਪਿਆ। 1,20,000 ਮੁਲਾਜ਼ਮ ਸੀ ਬਿਜਲੀ ਬੋਰਡ ਦੇ, ਅੱਜ 35,000 ਰਹਿ ਗਏ। ਅੱਜ 85,000 ਮੁਲਾਜ਼ਮ ਦੀ ਵੈਕੈਂਸੀ ਨਿਕਲੇ ਅਤੇ 85,000 ਬੰਦਾ ਪੰਜਾਬ ਦਾ ਭਰਤੀ ਹੋਵੇ ਬਿਜਲੀ ਬੋਰਡ 'ਚ, ਅਤੇ ਇੱਕ ਤਾਂ ਬਿਜਲੀ ਬੋਰਡ ਦੇ ਕੰਮ ਹੋਣ, ਇੱਕ ਨੌਕਰੀ ਮਿਲੇ, ਘਰ ਰੋਟੀ ਪੱਕੇ, ਇੱਕ ਜ਼ਿੰਦਗੀ ਦਾ ਜਿਹੜਾ ਝੋਰਾ ਹੈ ਕਿ ਬੁਢਾਪੇ ਦੇ ਵਿੱਚ ਸਾਨੂੰ ਕਿੱਥੋਂ ਖਾਵਾਂਗੇ ਉਹ ਮੁੱਕੇ। ਪਰ ਤੁਸੀਂ ਦੇਖੋ ਕੁਛ ਨਹੀਂ ਹੋ ਰਿਹਾ। ਬਿਜਲੀ ਜਿੰਨੀ ਪੰਜਾਬ 'ਚ ਮਹਿੰਗੀ, ਕਿਤੇ ਮਹਿੰਗੀ ਨਹੀਂ ਇੰਨੀ। ਇਹ ਸਾਨੂੰ ਟੱਬਰ ਇਹੋ ਜਿਹਾ ਪੜ੍ਹਨੇ ਪਾ ਕੇ ਗਿਆ, ਨਾ ਪਾਣੀ ਸਾਡੇ ਕੋਲ ਰਿਹਾ, ਨਾ ਚੰਡੀਗੜ੍ਹ ਸਾਡੇ ਕੋਲ ਰਿਹਾ, ਨਾ ਬਿਜਲੀ ਰਹੀ, ਨਾ ਪਾਣੀ ਰਿਹਾ, ਨਾ ਬੱਸਾਂ ਰਹੀਆਂ, ਬੱਸਾਂ ਘਰ ਦੀਆਂ ਚਲਾ ਲਈਆਂ, ਪੈਸੇ ਲੈ ਕੇ ਇਹ ਕੋਲਿਆਂ ਦੇ ਸਟੇਸ਼ਨ ਚਲਾ ਲਿਆ, ਜਿਹਨਾਂ ਤੋਂ ਮਹਿੰਗੀ ਬਿਜਲੀ ਪੰਜਾਬ ਨੂੰ ਮਿਲਦੀ ਅਤੇ ਪਾਣੀ ਦੀ ਸਸਤੀ ਬਿਜਲੀ ਸੈਂਟਰ ਨੂੰ ਅਤੇ ਚੰਡੀਗੜ੍ਹ ਨੂੰ।